ਡিয়ার ਸਟੂਡੈਂਟਸ ਵੈਲਕਮ ਅੱਜ ਦੀ ਇਹ ਵੀਡੀਓ ਜੋ ਬੱਚੇ ਰਿਜ਼ਲਟ ਦੀ ਵੇਟ ਕਰ ਰਹੀ ਸੀ সেਮੈਸਟਰ 4th ਸੈਸ਼ਨ 2020 ਤੋਂ 22 ਜਿਨ੍ਹਾਂ ਨੇ ਮਈ 2022 ਦੇ ਵਿੱਚ ਆਪਣੇ সেਮੈਸਟਰ 4th ਦੇ ਪੇਪਰ ਦਿੱਤੇ ਸੀ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਉਹ ਆਊਟ ਹੋ ਗਿਆ ਤੇ ਮੈਂ ਤੁਹਾਡੇ ਲਈ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਪੋਸਟ ਕੀਤਾ ਹੋਇਆ ਹੈ ਤੁਸੀਂ ਉਸ ਲਿੰਕ ਤੇ ਜਾ ਕੇ ਆਪਣਾ ਜਿਹੜਾ ਰਿਜ਼ਲਟ ਹੈ ਉਹ ਦੇਖ ਸਕਦੇ ਹੋ ਤੇ ਜਦੋਂ ਤੁਸੀਂ ਆਪਣਾ ਜਿਹੜਾ ਉਸ ਲਿੰਕ ਤੇ ਜਾਓਗੇ ਤਾਂ ਜੋ ਤੁਸੀਂ ਆ ਦੇਖ ਰਹੇ ਹੋ ਜਨਰਲ ਐਬ੍ਰੀਵੀਏਸ਼ਨਸ ਉੱਪਰ ਲਿਖਿਆ ਨਾ بی اਰ ਐਮ 4 ਰੈਗੂਲਰ ਐਂਡ ਰੀ ਅਪੀਅਰ ਇੱਥੇ ਤੁਸੀਂ ਆਪਣਾ ਰੋਲ ਨੰਬਰ ਭਰਨ ਤੋਂ ਬਾਅਦ ਸਬਮਿਟ ਕਰ ਦਿਓਗੇ ਸਬਮਿਟ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਰਿਜ਼ਲਟ ਹੈ ਉਹ ਤੁਹਾਨੂੰ ਸ਼ੋ ਹੋਏਗਾ ਤੇ نیچے ਜੋ ਲਿਖਿਆ ਅੱਗੇ ਪਾਸ ਆਰ ਪੀ ਆਰ ਐਸ ਇਹ ਤੁਸੀਂ ਆਪਣੇ ਕਾਲਜ ਦੇ ਨਾਲ ਜ਼ਰੂਰ ਕੰਸਰਨ ਕਰਨਾ ਹੈ ਕਿਉਂਕਿ ਕਈ ਬੱਚਿਆਂ ਦੀ ਕੋਈ ਲੋਅਰ ਪਾਸ ਦੀ ਪ੍ਰੋਬਲਮ ਹੁੰਦੀ ਹੈ ਕਈਆਂ ਦਾ ਆਰ ਐਲ ਏ ਡਬਲ ਮੀਨਸ ਕੋਈ ਚੀਜ਼ ਵਾਂਟਡ ਹੁੰਦੀ ਹੈ ਅਵੇਟਡ ਹੁੰਦੀ ਹੈ ਕੋਈ ਲਾਸਟ ਗ੍ਰੈਜੂਏਸ਼ਨ ਦੇ ਬੇਸ ਤੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਅਕੋਰਡਿੰਗ ਤੁਸੀਂ ਜ਼ਰੂਰ ਆਪਣਾ ਕਾਲਜ ਦੇ ਨਾਲ ਕੰਟੈਕਟ ਕਰਨਾ ਹੈ ਤੇ ਇਧਰ ਤੁਸੀਂ ਨਾਲ 7th ਨੰਬਰ ਤੇ ਸ਼ੋ ਹੋ ਰਿਹਾ ਹੈ ਬਟ ਹੋ ਸਕਦਾ ਹੈ ਜਿਹੜਾ ਚੇਂਜ ਵੀ ਹੋ ਜੇ ਬਟ ਜਦੋਂ ਤੁਸੀਂ ਇਸ ਕਲਿਕ ਇਹਦੇ ਉੱਪਰ ਕਲਿਕ ਕਰੋਗੇ ਜੋ ਤੁਹਾਨੂੰ ਲਿੰਕ ਦਿੱਤਾ ਹੈ ਤਾਂ ਤੁਹਾਨੂੰ ਐਦਾਂ ਸ਼ੋ ਹੋਏਗਾ ਲੈਫਟ ਸਾਈਡ ਤੇ ਤੁਸੀਂ ਦੇਖ ਰਹੇ ਹੋ ਸੱਵਨ ਨੰਬਰ ਤੇ بی ਐਟ ਸਮ 4 ਰੈਗੂਲਰ ਐਂਡ ਰੀਅਪੀਅਰ ਤੁਹਾਨੂੰ ਇੱਥੇ ਕੁਝ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਡਾਇਰੈਕਟ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਆਪਣਾ ਜਿਹੜਾ ਰੋਲ ਨੰਬਰ ਆ ਉਹ ਭਰ ਕੇ ਸਬਮਿਟ ਕਰਕੇ ਆਪਣਾ ਜਿਹੜਾ ਰਿਜ਼ਲਟ ਆ ਉਹ ਦੇਖ ਸਕਦੇ ਹੋ ਤੇ ਮੈਂ ਉਮੀਦ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਜਿਹੜਾ ਰਿਜ਼ਲਟ ਆ ਉਹ ਵਧੀਆ ਆਇਆ ਹੋਵੇਗਾ ਥੈਂਕਸ ਫਾਰ ਵਾਚਿੰਗ